ਸਤਿ ਸ਼੍ਰੀ ਅਕਾਲ ਦਰਸ਼ਕੋ, ਇਮੀਗ੍ਰੇਸ਼ਨ ਅਪਡੇਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਛਵੀ ਨਿੱਘਾ ਸਵਾਗਤ ਕਰਦੀ ਹਾਂ। ਦਰਸ਼ਕੋ, ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇੱਕ ਇਹੋ ਜਿਹੇ ਐਕਸਪਰਟ ਦੇ ਨਾਲ ਜਿਨ੍ਹਾਂ ਨੂੰ ਪਿਛਲੇ 10-12 ਸਾਲਾਂ ਦਾ ਇਹੋ ਜਿਹਾ ਐਕਸਪੀਰੀਅੰਸ ਹੈ ਕਿ ਉਹਨਾਂ ਨੂੰ ਪਤਾ ਕਿ ਕਿਸ ਪ੍ਰੋਫਾਈਲ ਨੂੰ ਕਿਹੜੀ ਕੰਟਰੀ ਦੇ ਵਿੱਚ ਜਾਣਾ ਚਾਹੀਦਾ ਅਤੇ ਜਿੱਥੇ ਉਹਦਾ ਸਕੋਪ ਵੀ ਕਾਫੀ ਜ਼ਿਆਦਾ ਹੈ। ਜੀ ਬਿਲਕੁਲ, ਮੈਂ ਸਵਾਗਤ ਕਰਨਾ ਚਾਹਾਂਗੀ ਇਸ ਸ਼ੋਅ ਦੇ ਵਿੱਚ ਕਰੀਅਰ ਓਵਰਸੀਜ਼ ਦੇ MD ਅਤੇ ਵੀਜ਼ਾ ਐਕਸਪਰਟ ਮਿਸਟਰ ਨੀਰਜ ਕੁਮਾਰ ਦਾ। ਜੀ ਨੀਰਜ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦਰਸ਼ਕੋ, ਅੱਜ ਇਸ ਸ਼ੋਅ ਦੇ ਵਿੱਚ ਅਸੀਂ ਪਹਿਲਾਂ ਆਪਣੇ ਕਾਫੀ ਸ਼ੋਅਜ਼ ਦੇ ਵਿੱਚ ਵੱਖ ਵੱਖ ਪ੍ਰੋਫਾਈਲਸ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਆਇਲਸ ਕੀਤੀ ਹੈ, ਵਧੀਆ ਸਕੋਰ ਨੇ, ਵਧੀਆ ਪੜ੍ਹਨਾ ਚਾਹੁੰਦੇ ਨੇ, ਅੱਛੇ ਕੋਰਸਿਸ ਦੇ ਵਿੱਚ ਜਾਣਾ ਚਾਹੁੰਦੇ ਨੇ। ਲੇਕਿਨ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਗੱਲ ਕਰਾਂਗੇ 10ਵੀਂ ਪਾਸ ਬੱਚਿਆਂ ਵਾਸਤੇ, ਜਿਹੜੇ ਸਿਰਫ 10ਵੀਂ ਪਾਸ ਨੇ, 3-4 ਸਾਲ ਦਾ ਗੈਪ ਪੈ ਚੁੱਕਾ ਹੈ, ਜਾਂ ਇੱਦਾਂ ਦੀ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ ਜਿੱਥੇ ਉਹਨਾਂ ਦਾ ਫਿਊਚਰ ਵੀ ਜਿਹੜਾ ਸਿਕਿਓਰ ਰਹੇ। ਕੀ ਆਪਸ਼ਨਸ ਨੇ ਜੀ ਨੀਰਜ ਜੀ, ਕੀ ਕਹੋਗੇ 10ਵੀਂ ਪਾਸ ਜਿਹੜਾ ਪ੍ਰੋਫਾਈਲ ਹੈ, ਕੀ ਸਭ ਤੋਂ ਪਹਿਲਾਂ ਉਹਨੂੰ ਬਾਹਰ ਜਾਣਾ ਚਾਹੀਦਾ, ਕੀ ਉਹ ਬਾਹਰ ਜਾ ਕੇ ਸਕਸੈਸਫੁਲ ਹੋ ਸਕਦਾ ਜਾਂ ਨਹੀਂ ਹੋ ਸਕਦਾ? ਛਵੀ ਜੀ, ਜਿਹੜੀ ਤੁਸੀਂ ਗੱਲ ਲਾਸਟ 'ਤੇ ਪੁੱਛੀ ਹੈ, ਬਈ ਸਕਸੈਸ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬੰਦੇ ਦੇ ਉੱਪਰ ਹੈ, ਨਾ ਕਿ ਕੰਟਰੀ ਦੇ ਉੱਪਰ ਹੈ। ਜੇ ਬੰਦਾ ਚਾਹੇ ਤਾਂ ਸਭ ਕੁਝ ਕਰ ਸਕਦਾ ਹੈਗਾ, ਬਟ ਇੱਕੋ ਚੀਜ਼ ਹੈ ਜਿਹੜੀ ਮੈਂ ਆਏ ਐਪੀਸੋਡ 'ਚ ਦੱਸਦਾ ਵੀ ਬੱਚੇ ਦੀ ਸੋਚ ਕੀ ਹੈਗੀ ਹੈ। ਨੋ ਡਾਊਟ ਜਿਹੜੇ ਬੱਚੇ 10ਵੀਂ ਪਾਸ ਨੇ ਜਾਂ 12ਵੀਂ ਪਾਸ ਨੇ, ਔਰ 10-12 ਸਾਲਾਂ ਦਾ ਗੈਪ ਹੋ ਚੁੱਕਿਆ, ਜਿਨ੍ਹਾਂ ਦੀ ਉਮਰ 24 ਸਾਲ ਹੋ ਚੁੱਕੀ ਹੈ, 30 ਸਾਲ ਤੱਕ ਦੇ ਹੈਗੇ ਹੈ, ਜਾਂ 35 ਸਾਲ ਵੀ ਹੋ ਗਈ ਹੈ, ਅੱਜ ਵੀ ਉਹ ਆਪਦੇ ਕਰੀਅਰ ਦੇ ਵਿੱਚ ਜਾਂ ਪਹਿਲੇ ਘਰ ਦੇ ਸਰਕਮਸਟਾਂਸਿਸ ਐਵੇਂ ਦੇ ਰਹੇ ਜਾਂ ਉਵੇਂ ਦੀ ਸੋਚ ਨਹੀਂ ਸੀਗੀ, ਅਤੇ ਉਹਦੇ ਕਰਕੇ ਅੱਜ ਵੀ ਇੰਡੀਆ ਦੇ ਵਿੱਚ 5-7-10 ਹਜ਼ਾਰ ਦੀ ਨੌਕਰੀ ਕਰਦੇ ਨੇ, ਔਰ ਉਹ ਵੀ ਬਾਹਰ ਜਾਣ ਦਾ ਸੋਚਦੇ ਨੇ। ਅਤੇ ਉਹਨਾਂ ਵਾਸਤੇ ਮੈਂ ਅੱਜ ਇਹ ਸ਼ੋਅ ਲੈ ਕੇ ਆਇਆ ਹੈਗਾ, ਜਿਹਦੇ ਵਿੱਚ ਮੈਂ ਅੱਜ ਦੱਸਾਂਗਾ 10ਵੀਂ 12ਵੀਂ ਪਾਸ ਵਾਸਤੇ ਮੋਰੀਸ਼ੀਅਸ ਕੰਟਰੀ, ਜੋਰਜੀਆ ਅਤੇ ਸਿੰਗਾਪੁਰ, ਇਹ ਤਿੰਨੋਂ ਕੰਟਰੀਆਂ ਉਹਨਾਂ ਨੂੰ ਡੈਡੀਕੇਟ ਰਹਿਣਗੀਆਂ ਜਿਹੜੇ 10ਵੀਂ ਜਾਂ 12ਵੀਂ ਪਾਸ ਬੱਚੇ ਨੇ। ਉਮਰ 35 ਸਾਲ ਤੱਕ ਹੈਗੀ ਹੈ, ਵਿਹਲੇ ਫਿਰਦੇ ਨੇ, ਥੋੜ੍ਹੇ ਜਿਹੇ ਪੈਸਿਆਂ ਲਾ ਕੇ ਆਪਦੇ ਸਪਾਊਸ ਦੇ ਨਾਲ ਬਾਹਰ ਪੜ੍ਹ ਕੇ ਆਪਦਾ ਭਵਿੱਖ ਬਣਾਉਣਾ ਚਾਹੁੰਦੇ ਨੇ। ਅਤੇ ਮੈਂ ਤਿੰਨੋਂ ਕੰਟਰੀਆਂ ਜਿਹਦੇ ਵਿੱਚ ਸਿੰਗਾਪੁਰ, ਜੋਰਜੀਆ ਔਰ ਮੋਰੀਸ਼ੀਅਸ ਦਾ ਟੋਪਿਕ ਰਹੇਗਾ ਅੱਜ ਮੇਰਾ, ਔਰ 100% ਮੇਰੀ ਗਰੰਟੀ ਹੈਗੀ ਹੈ, ਜੇ ਤੁਸੀਂ ਸਾਡੇ ਦੱਸੇ ਚੀਜ਼ਾਂ 'ਤੇ ਤੁਸੀਂ ਚੱਲਦੇ ਹੋ, ਜੋ ਅਸੀਂ ਦੱਸ ਰਹੇ ਹਾਂ ਨੈੱਟ 'ਤੇ ਵੈਰੀਫਾਈ ਕਰੋ, ਕਿਸੇ ਕੰਸਲਟੈਂਟ ਤੋਂ ਵੈਰੀਫਾਈ ਕਰੋ, ਜੇ ਅਪਲਾਈ ਕਰਦੇ ਹੈਗੇ ਹੋ ਤਾਂ ਤੁਹਾਡੀ 100% ਜ਼ਿੰਦਗੀ ਬਣ ਸਕਦੀ ਹੈਗੀ ਹੈ। ਜੀ ਬਿਲਕੁਲ, ਯਾਨੀ ਕਿ ਅੱਛੀ ਕੰਟਰੀਜ਼ ਹੈਗੀਆਂ ਨੇ, 10ਵੀਂ ਪਾਸ ਬੱਚੇ ਇਹਨਾਂ ਕੰਟਰੀਜ਼ ਦੇ ਵਿੱਚ ਜਾ ਕੇ ਇੱਕ ਅੱਛਾ ਸਕੋਪ ਹੈ ਜਿਹੜਾ ਉਹ ਹਾਸਿਲ ਕਰ ਸਕਦੇ ਨੇ। ਪਰ ਗੱਲ ਹੋਈ ਅੱਜ ਦੀ ਨੀਰਜ ਜੀ, ਹੁਣ 10ਵੀਂ ਪਾਸ ਬੱਚੇ ਨੇ ਪੜ੍ਹਾਈ ਛੱਡੇ ਕਾਫੀ ਟਾਈਮ ਹੋ ਗਿਆ, ਆਇਲਸ ਨਹੀਂ ਉਹਨਾਂ ਨੇ ਕੀਤੀ, ਕਮਿਊਨੀਕੇਸ਼ਨ ਸਕਿੱਲਸ ਇੰਨੇ ਸਟਰੋਂਗ ਨਹੀਂ ਹੈਗੇ, ਅਤੇ ਬਾਹਰਲੀ ਕੰਟਰੀਜ਼ ਦੇ ਵਿੱਚ ਜਾ ਕੇ ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੇ ਸਟੂਡੈਂਟਸ ਨੂੰ ਦਿੱਕਤਾਂ ਨਹੀਂ ਆਉਣਗੀਆਂ? ਇਹਦੇ ਵਿੱਚ ਬਹੁਤ ਅੱਛਾ ਸਵਾਲ ਹੈਗਾ, ਔਰ ਇਹ ਗੱਲ ਪ੍ਰੈਕਟੀਕਲ ਦੇ ਵਿੱਚ ਹੈਗੀ ਹੈ ਜਿਹੜੀ ਤੁਸੀਂ ਮੈਨੂੰ ਪੁੱਛੀ ਹੈ, ਔਰ ਕੋਈ ਦਰਸ਼ਕ ਹੈ ਜਿਹੜੇ ਕੰਸਲਟੈਂਟ ਕੋਈ ਇਹ ਗੱਲ ਨਹੀਂ ਦੱਸਦਾ ਹੈਗਾ। ਜੇ ਅੱਜ ਮੈਂ 96 'ਚ ਗ੍ਰੈਜੂਏਸ਼ਨ ਕੀਤੀ ਸੀਗੀ, ਅਤੇ ਜੇ ਮੈਂ ਅੱਜ ਮੈਨੂੰ ਕਿਹਾ ਜਾਵੇ ਤੂੰ ਕਲਾਸ 'ਚ ਬਹਿ ਜਾ ਜਾਂ ਇੰਗਲਿਸ਼ ਸਪੀਕਿੰਗ ਕੋਰਸ ਕਰ ਲੈ, ਇਹ ਔਰ ਉਹ ਵੀ ਇੰਡੀਆ 'ਚ ਹੀ ਆਪਦੇ ਨੇੜੇ ਤੇੜੇ ਪਿੰਡ ਤੋਂ ਸ਼ਹਿਰ ਦੇ ਵਿੱਚ, ਤਾਂ ਵੀ ਮੈਨੂੰ ਔਖਿਆਈ ਹੋਊਗੀ, ਬਟ ਇਹ ਤਾਂ ਫੋਰਨ ਹੈ। ਇਸ ਕਰਕੇ ਅਸੀਂ ਇੱਕ ਚੀਜ਼ ਲੈ ਕੇ ਆਏ ਹਾਂ, ਜਿਹੜੇ 10ਵੀਂ 12ਵੀਂ ਪਾਸ ਬੱਚੇ ਨੇ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਹੈ, ਬਜਟ ਵੀ ਬਹੁਤ ਘੱਟ ਹੈ, ਜਾਂ ਉਹਨਾਂ ਦੀਆਂ ਕਿੱਥੋਂ ਰਿਜੈਕਸ਼ਨਾਂ ਆ ਚੁੱਕੀਆਂ ਜਾਂ ਪੈਸਾ ਕਿਤੇ ਨਾ ਕਿਤੇ ਫਸਾ ਚੁੱਕੇ ਨੇ, ਉਹਨਾਂ ਵਾਸਤੇ ਮੈਂ ਦੁਬਾਰਾ ਤਿੰਨੋਂ ਕੰਟਰੀਆਂ ਜਿਹੜੀਆਂ ਦੱਸ ਰਿਹਾ, ਸਿੰਗਾਪੁਰ ਹੈਗਾ, ਮੋਰੀਸ਼ੀਅਸ ਹੈਗਾ, ਜੋਰਜੀਆ ਹੈਗਾ, ਇਹ ਤਿੰਨੋਂ ਕੰਟਰੀਆਂ ਦੇ ਵਿੱਚ ਅਸੀਂ ਐਡਮਿਸ਼ਨ ਕਰਵਾ ਰਹੇ ਹੈਗੇ ਹਾਂ ਸਟੱਡੀ ਵੀਜ਼ਾ 'ਤੇ। ਜੇ ਤੁਸੀਂ ਟੂਰਿਸਟ ਵੀਜ਼ਾ ਜਾਣਾ ਤਾਂ ਵੀ ਮਿਲ ਸਕਦਾ, ਸਟੱਡੀ ਵੀਜ਼ਾ 'ਤੇ ਜੇ ਜਾਣਾ ਹੈਗਾ ਤਾਂ ਪਹਿਲੇ ਅਸੀਂ 1 ਮਹੀਨਾ ਤੁਹਾਨੂੰ, ਜੇ ਤੁਸੀਂ ਨੇੜੇ ਤੇੜੇ ਆਪਦੇ ਕੋਈ ਕਲਾਸਿਸ ਇੰਗਲਿਸ਼ ਕਲਾਸਿਸ ਜੁਆਇਨ ਕਰ ਲੈਣੇ ਹੈਗੇ ਹੋ, ਜਾਂ ਸਾਡੇ ਚੰਡੀਗੜ੍ਹ ਜਿਹੜਾ ਆਫਿਸ ਹੈ, ਸਾਡੀ ਜਿਹੜੀ ਆਈਲੈਟਸ ਹੈ, ਇੰਗਲਿਸ਼ ਸਪੀਕਿੰਗ ਹੈ, ਜਾਂ PTE ਦੀਆਂ ਕਲਾਸਾਂ ਨੇ, ਬਿਲਕੁਲ ਫ੍ਰੀ ਆਫ ਕੋਸਟ ਹੈ। ਇਹ ਬੱਚਿਆਂ ਵਾਸਤੇ ਅਸੀਂ ਸਪੈਸ਼ਲ ਇੱਕ ਲੈ ਕੇ ਆਏ ਹਾਂ ਈਵਨਿੰਗ ਦੇ ਬੈਚ ਦੇ ਵਿੱਚ, ਜਿਹਦੇ ਵਿੱਚ ਇੱਕੋ ਚੀਜ਼ ਰਹੇਗੀ, ਪਹਿਲੇ ਬੱਚੇ ਨੂੰ ਬੈਠਣ ਦੀ ਆਦਤ ਪਾਉਣੀ, ਉਸ ਤੋਂ ਬਾਅਦ ਉਹਦੀ ਥੋੜ੍ਹੀ ਜਿਹੀ ਗ੍ਰਾਮਰ ਠੀਕ ਕਰਨੀ, ਜੇ ਉਹ ਇੰਗਲਿਸ਼ ਬੋਲਣ ਤੋਂ ਹਿਚਕਦਾ ਤਾਂ ਉਹਦੀ ਇੰਗਲਿਸ਼ ਦੂਰ ਕਰਨੀ, ਉਹਦੀ ਇੰਗਲਿਸ਼ ਦੀ ਜਿਹੜੀ ਝਿਜਕ ਹੈ ਉਹ ਦੂਰ ਕਰਨੀ। ਹੁਣ ਤੁਸੀਂ ਪੁੱਛੋਗੇ ਵੀ ਇੱਦਾਂ ਕਿਉਂ, ਇੱਦਾਂ ਇਸ ਕਰਕੇ ਵੀ ਜੇ ਅੱਜ ਅਸੀਂ ਐਡਮਿਸ਼ਨ ਕਰਾਤਾ, ਵੀਜ਼ਾ ਵੀ ਲੈਤਾ, ਜੇ ਦੋ ਚੀਜ਼ਾਂ ਬੱਚੇ ਦੇ ਵਿੱਚ ਕਮੀ ਹੈ ਨਾ, ਤਾਂ ਉਹ ਫੇਲ ਹੀ ਹੈ, ਇੱਥੇ ਵੀ ਫੇਲ ਹੈ ਅਤੇ ਉੱਥੇ ਵੀ ਫੇਲ ਹੈ। ਉਹ ਦੋ ਚੀਜ਼ਾਂ ਕੀ ਨੇ? ਜੇ ਆਪਾਂ ਫੋਰਨ ਜਾਣੇ ਹੈਗੇ ਹਾਂ, ਇੰਗਲਿਸ਼ ਬੇਸਿਕ, ਤੁਹਾਡੇ ਕੋਲ ਪੈਸੇ ਹੋਣ ਨਾ ਹੋਣ ਇੰਗਲਿਸ਼ ਜ਼ਰੂਰ ਆਉਣੀ ਚਾਹੀਦੀ ਹੈ, ਕਿਉਂਕਿ ਇੰਗਲਿਸ਼ ਨਾਲ ਤੁਸੀਂ ਕੁਝ ਖਾਣਾ ਪੀਣਾ ਜਾਂ ਕਿਤੇ ਵੀ ਜਾਣਾ ਆਉਣਾ ਪੁੱਛਣਾ ਤਾਂ ਤੁਹਾਨੂੰ ਇੰਗਲਿਸ਼ ਨੇ ਕੰਮ ਦੇਣਾ ਹੈਗਾ। ਦੂਜੀ ਗੱਲ, ਜੇ ਤੁਹਾਡੇ 'ਚ ਇੰਗਲਿਸ਼ ਆਉਂਦੀ ਹੈ, ਕੌਨਫੀਡੈਂਸ ਨਹੀਂ ਹੈ, ਤਾਂ ਵੀ ਤੁਸੀਂ ਫੇਲ ਹੋ। ਇਹ ਦੋਨੋਂ ਚੀਜ਼ਾਂ ਅਸੀਂ ਕਰੀਅਰ ਓਵਰਸੀਜ਼ ਵੱਲੋਂ ਤੁਹਾਡੇ ਵਿੱਚ ਭਰੀਆਂ ਜਾਣੀਆਂ ਨੇ। 1 ਮਹੀਨਾ 1.5 ਮਹੀਨੇ ਦੀ ਕਲਾਸ ਹੈ,
ਇਹਦੇ ਦੌਰਾਨ ਜਦੋਂ ਤੁਸੀਂ ਵੀਜ਼ਾ ਜਾਰਜੀਆ ਦਾ ਜਾਂ ਮੌਰੀਸ਼ੀਅਸ ਦਾ ਜਾਂ ਸਿੰਗਾਪੁਰ ਦਾ ਅਪਲਾਈ ਕਰੋਗੇ, ਇੱਕ ਡੇਢ ਮਹੀਨਾ ਇਹ ਕਲਾਸਿਸ ਤੁਹਾਨੂੰ ਭਾਵੇਂ ਨੇੜੇ ਤੜੇ ਆਪਦੇ ਪਿੰਡ ਦੇ ਨਾਲ ਕਿਤੇ ਸ਼ਹਿਰ 'ਚ ਵੀ ਲੈ ਸਕਦੇ ਹੋ। ਜੇ ਇੱਕ ਡੇਢ ਮਹੀਨਾ ਲੈਂਦੇ ਹੋ ਤੁਹਾਨੂੰ ਆਪਦਾ ਥੋੜ੍ਹਾ ਜਿਹਾ ਕੌਨਫੀਡੈਂਸ ਲੈਵਲ ਬਿਲਟਅਪ ਹੋ ਜਾਏਗਾ, ਥੋੜ੍ਹੀ ਜਿਹੀ ਇੰਗਲਿਸ਼ ਅੱਛੀ ਹੋ ਜਾਏਗੀ, ਜਿਹਦੇ ਕਰਕੇ ਤੁਸੀਂ ਪੜ੍ਹਨ ਦੇ ਵਿੱਚ ਵੀ ਤੁਹਾਨੂੰ ਥੋੜ੍ਹੀ ਜਿਹੀ ਔਖਿਆਈ ਨਹੀਂ ਹੋਣੀ। ਔਰ ਸਭ ਤੋਂ ਮੇਨ ਗੱਲ ਹੈ, ਜਿੱਥੇ ਵੀ ਤੁਸੀਂ ਕੰਮ ਮੰਗਣ ਜਾਓਗੇ ਤੁਸੀਂ ਥੋੜ੍ਹਾ ਜਿਹਾ ਕੌਨਫੀਡੈਂਸ ਨਾਲ ਗੱਲ ਕਰੋਗੇ, ਕਮਿਊਨੀਕੇਸ਼ਨ ਸਕਿੱਲ ਥੋੜ੍ਹੇ ਜਿਹੇ ਚੰਗੇ ਹੋ ਜਾਣਗੇ, ਜਿਹੜੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਬੈਨੀਫਿਟ ਦੇਣਗੇ। ਜਿੰਨਾ ਕਮਿਊਨੀਕੇਸ਼ਨ ਸਕਿੱਲ ਚੰਗਾ ਰਹੇਗਾ ਉਹਨੇ ਤੁਹਾਨੂੰ ਪੈਸੇ ਜ਼ਿਆਦਾ ਇਹ ਤਿੰਨੋਂ ਕੰਟਰੀਆਂ ਦੇ ਵਿੱਚ ਬਣ ਸਕਦੇ ਹਨ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਦਿੱਕਤਾਂ ਤਾਂ ਆਉਂਦੀਆਂ ਆਉਂਦੀਆਂ ਨੇ, ਪਰ ਕੁਝ ਨਾ ਕੋਈ ਤੁਹਾਡੇ ਹੱਥ ਦੇ ਵਿੱਚ ਵੀ ਹੁੰਦਾ ਆ। ਜੇ ਤੁਹਾਡੀ ਸਿੱਖਣ ਦੀ ਚਾਹ ਹੈ, ਕੁਝ ਕਰਨ ਦੀ ਚਾਹ ਹੈ, ਤਾਂ ਮੈਨੂੰ ਲੱਗਦਾ ਇਹ ਦਿੱਕਤਾਂ ਦੇ ਨਾਲ ਵੀ ਤੁਸੀਂ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਕਾਫੀ ਜ਼ਿਆਦਾ ਸਕਸੈਸਫੁਲ ਬਣਾ ਸਕਦੇ ਹੋ। ਗੱਲ ਚੱਲ ਰਹੀ ਹੈ ਜੀ ਇੱਥੇ ਦਸਵੀਂ ਪਾਸ ਬੱਚਿਆਂ ਦੀ, ਜਿਨ੍ਹਾਂ ਨੇ ਦਸਵੀਂ ਕੀਤੀ ਆ, ਪਰ ਹੁਣ ਅਸੀਂ ਜੇ ਕੋਰਸਿਸ 'ਤੇ ਫੋਕਸ ਕਰੀਏ ਤਾਂ ਨੀਰਜ ਜੀ, ਦਸਵੀਂ ਪਾਸ ਬੱਚੇ ਨੇ ਆਇਲਸ ਨਹੀਂ ਕੀਤਾ, ਗੈਪ ਬਹੁਤ ਜ਼ਿਆਦਾ ਹੈ, ਕੋਰਸਿਸ ਵੀ ਬੜੀ ਜਾਇਜ਼ ਜੀ ਗੱਲ ਹੈ ਕਿ ਆਸਾਨ ਜੇ ਹੋਣੇ ਚਾਹੀਦੇ ਤਾਂ ਜੋ ਬੱਚੇ ਈਜ਼ੀਲੀ ਪਰਸਿਊ ਕਰ ਲੈਣ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਕੋਰਸਿਸ ਕਰਕੇ ਉੱਥੇ ਉਹਨਾਂ ਕੰਟਰੀਜ਼ ਦੇ ਵਿੱਚ ਉਹਨਾਂ ਕੋਲ ਜੋਬਸ ਵੀ ਹੋਣ। ਜੀ ਬਿਲਕੁਲ, ਅਤੇ ਕਿੱਦਾਂ ਦੀਆਂ ਆਪਸ਼ਨਸ ਹੈਗੀਆਂ ਨੇ ਕੋਰਸਿਸ ਨੂੰ ਲੈ ਕੇ? ਇਹਦੇ ਵਿੱਚ ਤੁਹਾਡਾ ਇਹ ਕੁਸ਼ਚਨ ਵੀ ਬੜਾ ਵੈਲਿਡ ਹੈ, ਔਰ ਮੈਂ ਇੱਕ ਗੱਲ ਦੱਸਦਾ ਹੈਗਾ, ਜਿਹੜੇ ਮੈਂ ਸਿੰਗਾਪੁਰ ਦੱਸ ਰਿਹਾ, ਜਾਰਜੀਆ ਦੱਸ ਰਿਹਾ ਹੈਗਾ, ਮੌਰੀਸ਼ੀਅਸ ਦੱਸ ਰਿਹਾ ਹੈਗਾ, ਇੱਥੇ ਬਹੁਤ ਇੰਡੀਅਨ ਰਹਿੰਦੇ ਹੈਗੇ ਆ, ਔਰ ਸਾਡੇ ਤੋਂ ਵੀ ਕਾਫੀ ਬੱਚਾ ਹੈ ਤਿੰਨੋਂ ਕੰਟਰੀਆਂ ਦੇ ਵਿੱਚ ਜਾ ਚੁੱਕਿਆ। ਮੇਰਾ ਅੱਜ ਇਹ ਸ਼ੋਅ ਕਰਨ ਦਾ ਮੋਟਿਵ ਇਹ ਹੈਗਾ, ਸਾਨੂੰ ਕਾਲਸ ਆਉਂਦੀਆਂ ਨੇ ਜ਼ਿਆਦਾ ਵਰਕ ਪਰਮਿਟ ਵਾਸਤੇ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਰਕ ਪਰਮਿਟ ਵਾਸਤੇ ਸਾਨੂੰ ਕਾਲ ਨਾ ਕਰਿਆ ਕਰੋ, ਨਾ ਵਰਕ ਪਰਮਿਟ ਦੇ ਝਾਂਸਿਆਂ ਦੇ ਵਿੱਚ ਪਓ, ਔਰ ਨਾ ਕੋਈ ਵਰਕ ਪਰਮਿਟ ਹੁੰਦਾ ਹੈਗਾ, ਸਾਰੇ ਫਰੋਡ ਨੇ, ਪੈਸਾ ਅਤੇ ਟਾਈਮ ਵੇਸਟ ਕਰੋਗੇ। ਕੱਲ੍ਹ ਨੂੰ ਇਹ ਜਿਹੜੀ ਮੇਰੀ ਗੱਲ ਨਸੀਹਤ ਲੈ ਲਓ, ਵਰਕ ਪਰਮਿਟ ਤੁਹਾਡੇ ਵਾਸਤੇ ਨਹੀਂ ਹੈ, ਦਸਵੀਂ ਬਾਰ੍ਹਵੀਂ ਪਾਸ ਵਾਲਿਆਂ ਵਾਸਤੇ। ਹਾਂ, ਗਲਫ਼ ਦੇ ਵਰਕ ਪਰਮਿਟ ਹੁੰਦੇ ਆ, ਜਿਹੜੇ ਕਰਦੇ ਆ ਉਹਨਾਂ ਤੋਂ ਤੁਸੀਂ ਜਾ ਸਕਦੇ ਹੈਗੇ ਹੋ, ਵਰਕ ਪਰਮਿਟ ਵਾਸਤੇ ਸਾਨੂੰ ਕਾਲ ਨਾ ਕਰਿਆ ਕਰੋ, ਅਸੀਂ ਵਰਕ ਪਰਮਿਟ ਨਹੀਂ ਡੀਲ ਕਰਦੇ। ਹੁਣ ਮੈਂ ਛਵੀ ਜੀ ਦੇ ਸਵਾਲ 'ਤੇ ਆਉਣਾ ਹੈਗਾ, ਜਿਹੜੇ ਬੱਚੇ ਸੋਚ ਰਹੇ ਹੋਣਗੇ ਵੀ ਯਾਰ ਇਹ ਕੰਸਲਟੈਂਟ ਤਾਂ ਗੱਲ ਤਾਂ ਵਧੀਆ ਕਰ ਰਿਹਾ, ਬਟ ਦਸਵੀਂ ਪਾਸ ਹਾਂ ਜਾਂ ਮੈਂ ਬਾਰ੍ਹਵੀਂ ਪਾਸ ਹਾਂ, 10 ਸਾਲ ਹੋ ਗਏ ਮੈਨੂੰ ਪੜ੍ਹਾਈ ਛੱਡੇ ਨੂੰ, 15 ਸਾਲ ਹੋ ਗਏ ਮੈਨੂੰ ਪੜ੍ਹਾਈ ਛੱਡੇ ਨੂੰ, ਮੈਂ ਕਰਾਂਗਾ ਕੀ ਉੱਥੇ ਜਾ ਕੇ? ਇਸ ਚੀਜ਼ ਦਾ ਜਵਾਬ ਕਰੀਅਰ ਓਵਰਸੀਜ਼ ਕੋਲ ਹੈਗਾ, ਜਿਹਦੇ ਵਿੱਚ ਤੁਹਾਨੂੰ ਜਿਹੜੇ ਅਸੀਂ ਕੋਰਸ ਉੱਥੇ ਡਿਜ਼ਾਈਨ ਕਰਵਾਏ ਨੇ ਉਹ IT ਦਾ ਡਿਪਲੋਮਾ ਹੈ, ਹੋਟਲ ਮੈਨੇਜਮੈਂਟ ਦਾ ਡਿਪਲੋਮਾ ਹੈ, ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਹੈ, ਅੱਧੀ ਜਿਹੜੀ ਚੀਜ਼ ਜਿਹੜੀ ਪੜ੍ਹਾਈ ਅਸੀਂ ਕਰਵਾਉਣ ਜਾ ਰਹੇ ਹਾਂ ਤੁਹਾਨੂੰ ਇਹ ਤਿੰਨੋਂ ਕੰਟਰੀਆਂ ਦੇ ਵਿੱਚ, ਉਹਦੇ ਵਿੱਚ ਅੱਧੀ ਸਟੱਡੀ ਤਾਂ ਤੁਸੀਂ ਆਲਰੇਡੀ ਇੱਕ ਪ੍ਰੈਕਟੀਕਲ ਲਾਈਫ ਦੇ ਵਿੱਚ ਕਰ ਚੁੱਕੇ ਹੋ। ਉਹ ਕੀ ਹੈ? ਤੁਹਾਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਕੰਪਿਊਟਰ ਦੇ ਹਾਰਡਵੇਅਰ ਦੇ ਵਿੱਚ ਕਿਹੜੀਆਂ ਕਿਹੜੀਆਂ, ਕਿੰਨੇ MB ਦੀ RAM ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਜੇ ਐਪਲੀਕੇਸ਼ਨ 'ਚ ਜਾਣਾ ਹੈਗਾ ਤਾਂ ਤੁਹਾਨੂੰ ਮੈਨੂੰ ਲੱਗਦਾ ਵਿੰਡੋ ਚਲਾਉਣੀ ਆਉਂਦੀ ਹੈਗੀ ਹੈ। ਜੇ ਅੱਜ ਮੈਂ ਵੈਸੇ ਕਹਾਂ, ਪਿੰਡ ਦੇ ਮੁੰਡਿਆਂ ਕੋਲ ਵੀ ਅੱਜ ਜਿਹੜੇ ਚੰਗੇ ਚੰਗੇ ਸਮਾਰਟਫੋਨ ਹੈਗੇ ਆ, ਸਾਡੇ ਕੋਲ ਨਹੀਂ ਹੈਗੇ, ਇਹ ਚੀਜ਼ਾਂ ਦੇ ਨਾਲ ਉਹ ਆਪਦਾ ਟਾਈਮ ਪਾਸ ਜਿਹੜਾ ਹੈਗਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਕਰਕੇ ਮੈਂ ਅੱਜ ਵੇਖਦਾ ਹੈਗਾ ਬਈ ਜ਼ਿਆਦਾਤਰ ਟਾਈਮ ਮੋਬਾਈਲ 'ਤੇ ਲਗਾਇਆ ਜਾਂਦਾ, ਆਪਦੇ ਮਾਪੇ ਵੀ ਭੁੱਲ ਜਾਂਦੇ ਹੈਗੇ ਆ ਬੱਚੇ, ਇਹ ਨਹੀਂ ਪਤਾ ਵੀ ਇਹੀ ਚੀਜ਼ ਤੁਹਾਨੂੰ ਬੈਨੀਫਿਟ ਵੀ ਦੇ ਸਕਦੀ ਹੈ। ਬਟ ਅਸੀਂ ਕੀ ਕਰਦੇ ਹੈਗੇ ਆ, ਅਸੀਂ ਨੈਗੇਟਿਵ ਚੀਜ਼, ਕਿਉਂਕਿ ਜਿਹੜੀ ਵੀ ਈਜ਼ੀ ਅਸੈਸ ਹੈ ਉਹ ਹੈ ਗਲਤ ਰਾਹ, ਉਹ ਵਧੀਆ ਲੱਗਦਾ ਹੈਗਾ। ਹੁਣ ਇਹ ਮੈਂ ਇਸ ਕਰਕੇ ਗੱਲ ਰਿਲੇਟ ਕੀਤੀ ਹੈਗੀ ਹੈ, ਜਿਹੜੇ ਬੱਚੇ ਬਾਹਰ ਜਾ ਕੇ ਕੁਛ ਕਰਨਾ ਚਾਹੁੰਦੇ ਨੇ, ਦਸਵੀਂ ਬਾਰ੍ਹਵੀਂ ਪਾਸ ਹੈ, ਅਤੇ ਨੈੱਟ 'ਤੇ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹੈਗੇ ਹਾਂ, ਦੱਸਾਂਗੇ ਜਾਂ ਤੁਸੀਂ ਸਾਨੂੰ ਅਪੁਆਇੰਟਮੈਂਟ ਲੈ ਕੇ ਮਿਲਦੇ ਹੈਗੇ ਹੋ, ਉਹ ਸਾਰੀਆਂ ਚੀਜ਼ਾਂ ਇੰਟਰਨੈੱਟ ਦੇ ਉੱਪਰ ਨੇ, ਉਹਨਾਂ ਦੇ ਬੱਚਿਆਂ ਦੇ ਵੀਡੀਓਜ਼ ਨੇ ਜਿਹੜੇ ਅੱਜ ਤੋਂ 5 ਸਾਲ 7 ਸਾਲ ਪਹਿਲੇ ਗਏ ਔਰ ਉਹਨਾਂ ਨੇ ਕੀ ਕੀਤਾ, ਕੀ ਪਾਪੜ ਵੇਲੇ। ਇਹ ਚੀਜ਼ਾਂ ਸਾਰੀਆਂ ਤੁਹਾਡੇ ਮਿਹਨਤ ਨਾਲ ਮਿਲਣੀਆਂ ਹੈਗੀਆਂ, ਇਹ ਨਹੀਂ ਹੈ। ਇੱਕ ਹੋਰ ਮੈਂ ਦੱਸ ਦਿੰਦਾ ਹੈਗਾ, ਸਾਡੇ ਬੱਚੇ ਅਤੇ ਦਰਸ਼ਕ ਇਹ ਸੋਚਦੇ ਹੈਗੇ ਬਾਹਰ ਬੜੀ ਵਧੀਆ ਜ਼ਿੰਦਗੀ ਹੈ, ਬਾਹਰ ਇਸ ਤੋਂ ਵੀ ਟਫ ਲਾਈਫ ਹੈਗੀ ਹੈ। ਜੇ ਤੁਹਾਡਾ ਬੱਚਾ ਥੋੜ੍ਹੀ ਜਿਹੀ ਮਿਹਨਤ ਕਰਨ ਵਾਸਤੇ ਔਰ ਥੋੜ੍ਹੀ ਜਿਹੀ ਇੰਗਲਿਸ਼ ਦੇ ਵਿੱਚ ਮਿਹਨਤ ਕਰ ਲਏਗਾ ਅਤੇ ਉੱਥੇ ਮਿਹਨਤ ਕਰਨ ਵਾਸਤੇ ਤਿਆਰ ਹੈ, ਤਾਂ ਆਪਦਾ ਬੱਚਾ ਕਿਸੇ ਵੀ ਕੰਟਰੀ ਭੇਜੋ, ਅਦਰਵਾਈਜ਼ ਬਿਲਕੁਲ ਨਾ ਭੇਜੋ। ਤੁਸੀਂ ਇੱਥੋਂ ਨਾਲੋਂ ਜ਼ਿਆਦਾ ਮੁਸ਼ਕਿਲਾਂ ਬਾਹਰ ਹੈਗੀਆਂ, ਇਸ ਕਰਕੇ ਬੱਚੇ ਨੂੰ ਚਾਹੀਦਾ ਹੈਗਾ ਜੇ ਉਹਨੇ ਸਿੰਗਾਪੁਰ, ਮੌਰੀਸ਼ੀਅਸ ਜਾਂ ਜਾਰਜੀਆ ਪੜ੍ਹਾਈ ਬੇਸ 'ਤੇ ਜਾਣਾ ਹੈਗਾ, ਉਮਰ 35 ਸਾਲ ਹੈਗੀ ਹੈ, ਦਸਵੀਂ ਪਾਸ ਹੈ, ਬਾਰ੍ਹਵੀਂ ਪਾਸ ਹੈ, ਅਤੇ ਸਾਡੇ ਕੋਲ ਆ ਕੇ ਮਿਲੇ ਇਹ ਤਿੰਨੋਂ ਚਾਰੋਂ ਕੋਰਸ ਹੈਗੇ ਆ ਜਿਹਦਾ ਇਨਟੇਕ ਐਵਰੀ ਮੰਥ ਹੈਗਾ, ਔਰ ਵੀਜ਼ੇ ਹੁਣ ਮਿਲ ਰਹੇ ਹੈਗੇ ਆ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸਟਿਕਨੈਸ ਹੋ ਜਾਣੀ ਹੈ, ਸਾਡੇ ਕੋਲ ਆ ਕੇ ਵੀਜ਼ੇ ਵੇਖਣੇ ਨੇ। ਜਿਹੜੇ ਬੱਚੇ ਸਾਡੇ ਕੋਲ ਗਏ ਔਰ ਉੱਥੇ ਕਾਮਯਾਬ ਹੋਣੇ ਹੋਏ ਉਹਨਾਂ ਦੇ ਨੰਬਰ ਚਾਹੀਦੇ ਨੇ, ਸਾਡੇ ਕੋਲ ਆ ਕੇ ਤੁਸੀਂ ਲੈ ਸਕਦੇ ਹੈਗੇ ਹੋ। ਔਰ ਇੱਕ ਮੇਰੀ ਦੂਰ ਦੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਹੈ, ਇਹ ਨਾ ਕਿਹਾ ਕਰੋ ਵੀ ਮੈਂ ਉੱਥੋਂ ਬੋਲ ਰਿਹਾ ਜਾਂ ਉੱਥੋਂ ਬੋਲ ਰਿਹਾ, ਸਾਡੇ ਤੋਂ ਅਪੁਆਇੰਟਮੈਂਟ ਲੈ ਕੇ ਬੱਚੇ ਨੂੰ ਲੈ ਕੇ ਆਉਂਦੇ ਹੈਗੇ ਹੋ, 100% ਤੁਹਾਡਾ ਇੱਕ ਦਿਨ ਜ਼ਰੂਰ ਖਰਾਬ ਜਾਏਗਾ, ਮੈਂ ਗਰੰਟੀ ਦਿੰਦਾ, ਤੁਹਾਡਾ ਪੈਸਾ ਅਤੇ ਟਾਈਮ ਜ਼ਰੂਰ ਬਚੂਗਾ। ਕੀ ਪਤਾ ਅਸੀਂ ਤੁਹਾਡਾ ਕੇਸ ਹੀ ਮਨਾ ਕਰ ਦਈਏ, ਕੇਸ ਅਸੀਂ ਉਹ ਮਨਾ ਕਰਾਂਗੇ ਜਿਹੜਾ
ਰਿਜੈਕਟ ਹੋਣ ਵਾਲਾ ਹੋਏਗਾ, ਜਿਹੜਾ ਹੋਣ ਵਾਲਾ ਹੋਏਗਾ ਅਸੀਂ ਉਹੀ ਫਾਈਲ ਲੈਣੀ ਹੈਗੀ ਹੈ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਸੋਚ ਸਮਝ ਕੇ ਹੀ ਡਿਸੀਜਨ ਜੇ ਤੁਸੀਂ ਲਵੋਗੇ ਤਦੇ ਹੀ ਤੁਸੀਂ ਆਪਣਾ ਪੈਸਾ ਵੀ ਬਚਾ ਸਕਦੇ ਹੋ ਅਤੇ ਆਪਣਾ ਸਮਾਂ ਵੀ। ਅਤੇ ਹੁਣ ਜੇ ਅਸੀਂ ਗੱਲ ਕਰੀਏ ਨੀਰਜ ਜੀ, ਹੁਣ ਬੱਚੇ ਨੇ 10ਵੀਂ ਪਾਸ ਕੀਤੀ ਹੈ, ਗੈਪ ਬਹੁਤ ਜ਼ਿਆਦਾ, ਕੀ ਐਮਬੈਸੀ ਉਹਦਾ ਇੰਟਰਵਿਊ ਨਹੀਂ ਲਏਗੀ ਦੇਖਣ ਵਾਸਤੇ ਕਿ ਬੱਚਾ ਜਿਹੜਾ ਉਹ ਕਿੰਨਾ ਕੁ ਲਾਇਕ ਹੈ ਅਤੇ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਆਪਣਾ ਉੱਥੇ ਜਾ ਕੇ ਪੜ੍ਹਾਈ ਨੂੰ ਪਰਸਿਊ ਕਰੇਗਾ? ਸਿਰਫ ਡਾਕੂਮੈਂਟਸ ਦੇ ਆਧਾਰ 'ਤੇ ਵੀਜ਼ਾ ਦੇ ਦਿੱਤਾ ਜਾਂਦਾ ਹੈ? ਇਹਦੇ ਵਿੱਚ ਜੀ ਮੈਂ ਇੱਕ ਗੱਲ ਦੱਸ ਦੇਣਾ ਹੈਗਾ, ਮੈਂ ਜਿਹੜੀਆਂ 10ਵੀਂ ਪਾਸ ਜਾਂ 12ਵੀਂ ਪਾਸ 35 ਸਾਲ ਦੀ ਉਮਰ ਹੈਗੀ ਹੈ ਵਿਹਲੇ ਫਿਰਦੇ ਨੇ, ਰਿਜੈਕਟ ਕੇਸਿਸ ਨੇ, ਇੰਟਰਵਿਊ ਨਹੀਂ ਆਉਣੀ, ਇੰਗਲਿਸ਼ ਇੰਨੀ ਜ਼ਰੂਰੀ ਨਹੀਂ ਹੈ। ਮੈਂ ਇੰਗਲਿਸ਼ ਤਾਂ ਕਹਿ ਰਿਹਾ ਹੈਗਾ ਕਿਉਂਕਿ ਸਾਨੂੰ ਵੀ ਪਤਾ ਤੁਸੀਂ ਇੰਨਾ ਟਾਈਮ ਰਹਿ ਕੇ ਪੜ੍ਹਾਈ ਤਾਂ ਕਿੱਥੇ ਕਰਨੀ ਹੈਗੀ ਹੈ, ਤੁਸੀਂ ਜੋਬ ਹੀ ਕਰਨੀ ਹੈਗੀ ਹੈ। ਇਹ ਤਿੰਨੋਂ ਕੰਟਰੀਆਂ ਦੇ ਵਿੱਚ ਜੋਬ ਅਪੋਰਚੁਨਿਟੀਆਂ ਅੱਛੀਆਂ, ਬਟ ਉਸ ਬੱਚੇ ਨੂੰ ਜੋਬ ਮਿਲੇਗੀ ਜਿਹੜੇ ਬੱਚੇ ਦਾ ਕੌਨਫੀਡੈਂਸ ਥੋੜ੍ਹਾ ਜਿਹਾ ਅੱਛਾ ਹੋਏਗਾ, ਥੋੜ੍ਹੀ ਜਿਹੀ ਪਰਸਨੈਲਿਟੀ ਅੱਛੀ ਹੋਏਗੀ, ਜਾਂ ਉਹਦੀ ਇੰਗਲਿਸ਼ ਅੱਛੀ ਹੋਏਗੀ। ਇਹ ਜੇ 2-3 ਚੀਜ਼ਾਂ ਤੁਹਾਡੇ ਵਿੱਚ ਹੈਗੀਆਂ ਤਾਂ ਮੈਂ ਗਰੰਟੀ ਦਿੰਦਾ ਅਸੀਂ ਕੋਈ ਪੈਸਾ ਐਡਵਾਂਸ ਨਹੀਂ ਲਾਂਗੇ, ਵੀਜ਼ਾ ਹੱਥ 'ਚ ਦਿਆਂਗੇ। 45 ਦਿਨਾਂ ਦਾ ਵਰਕਿੰਗ ਡੇ ਦਾ ਪ੍ਰੋਸੈਸ ਹੈਗਾ, ਔਰ ਇੱਕੋ ਗੱਲ ਹੈਗੀ ਹੈ ਆਏ ਮਹੀਨੇ ਸਾਡੇ ਕੋਲ ਇਨਟੇਕਸ ਹੈਗੇ ਆ, ਸਾਰੀ ਫੀਸ ਪੈਸੇ ਵੀਜ਼ੇ ਤੋਂ ਬਾਅਦ ਨੇ 10ਵੀਂ ਪਾਸ ਬੱਚਿਆਂ ਵਾਸਤੇ। ਔਰ ਹਾਂ, ਇੰਗਲਿਸ਼ ਜੇ ਚੰਗੀ ਹੈਗੀ ਹੈ ਤਾਂ ਤੁਸੀਂ 100% ਕਾਮਯਾਬ ਹੈਗੇ ਹੋ। ਇਹਦੇ ਵਿੱਚ ਸਾਨੂੰ ਸਿਰਫ ਤੁਸੀਂ 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਦੇਣਾ, 4 ਲੱਖ ਰੁਪਏ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ ਤੁਹਾਡੇ ਫੰਡ ਵਿਖਾਉਣ ਵਾਸਤੇ ਸਾਡੇ ਕੋਲੋਂ, ਜੋਰਜੀਆ ਔਰ ਮੋਰੀਸ਼ਸ ਵਾਸਤੇ। ਜੇ ਸਿੰਗਾਪੁਰ ਜਾਣਾ ਹੈਗਾ ਸਟੱਡੀ ਐਂਡ ਵਰਕ ਦੀ ਪੋਲਿਸੀ ਦੇ ਵਿੱਚ, ਤਾਂ ਸਾਨੂੰ 7 ਲੱਖ ਰੁਪਏ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ। ਔਰ ਇੱਕ ਮੈਂ ਛਵੀ ਜੀ ਮੈਂ ਗੱਲ ਦੱਸਣਾ ਚਾਹਾਂਗਾ, ਜਿਹੜਾ ਮੋਰੀਸ਼ਸ ਔਰ ਜੋਰਜੀਆ, ਇੱਥੇ ਤੁਸੀਂ ਪੜ੍ਹਾਈ ਦੇ ਨਾਲ 20 ਘੰਟੇ ਕੰਮ ਕਰ ਸਕਦੇ ਹੋ। ਅਸੀਂ ਜੇ ਤੁਹਾਡਾ ਕੌਨਫੀਡੈਂਸ ਲੈਵਲ ਚੰਗਾ, ਇੰਗਲਿਸ਼ ਚੰਗੀ ਹੈ, ਤਾਂ 100% ਅਸੀਂ ਜੋਬ ਦੀ ਗਰੰਟੀ ਲੈਂਦੇ ਹੈਗੇ ਹਾਂ, ਪੜ੍ਹਾਈ ਦੇ ਦੌਰਾਨ ਤੁਹਾਨੂੰ ਅਸੀਂ ਜੋਬ ਲਗਵਾ ਕੇ ਦੇਵਾਂਗੇ। ਦੂਜੀ ਗੱਲ, ਜੇ ਤੁਸੀਂ ਸਿੰਗਾਪੁਰ ਜਾਣਾ ਹੈ ਸਟੱਡੀ ਵੀਜ਼ਾ 'ਤੇ, ਸਿੰਗਾਪੁਰ ਦਾ ਜਿਹੜਾ ਡੋਲਰ ਹੈਗਾ ਕੋਈ 50 ਰੁਪਏ ਦੇ ਆਸ ਪਾਸ ਹੈਗਾ, ਮਲਟੀਕਲਚਰਲ ਕੰਟਰੀ ਹੈ ਔਰ ਮਲਟੀਨੈਸ਼ਨਲ ਸਾਰੀ ਕੰਪਨੀਜ਼ ਹੈ, ਇੰਡੀਆ ਉੱਥੇ ਇੰਡੀਅਨ ਬਹੁਤ ਰਹਿੰਦੇ ਹੈਗੇ ਆ, ਤੁਸੀਂ ਆਉਣ ਜਾਣ ਦੀ ਟਿਕਟ ਹੀ ਸਾਰੀ 20,000 ਦੀ ਹੈ, ਜਦੋਂ ਮਰਜ਼ੀ ਆਉਣਾ ਜਾਣਾ ਹੋਵੇ ਜਾ ਆ ਸਕਦੇ ਹੋ। ਉਹਦੇ ਵਿੱਚ ਅਸੀਂ ਲੈ ਕੇ ਆਏ ਹਾਂ 6 ਮਹੀਨੇ ਪੜ੍ਹਾਈ, 6 ਮਹੀਨੇ ਕਮਾਈ, ਯਾਨੀ 6 ਮਹੀਨੇ ਪੜ੍ਹਾਈ ਦੇ ਦੌਰਾਨ ਤੁਸੀਂ ਕੰਮ ਨਹੀਂ ਕਰ ਸਕਦੇ, ਬਟ ਸਾਡੇ ਸਾਰੇ ਬੱਚੇ ਆਪਦਾ 30-35 ਹਜ਼ਾਰ ਰੁਪਇਆ ਖਰਚਾ ਮਹੀਨੇ ਦਾ ਕਮਾ ਕੇ ਇਲੀਗਲ ਕੱਢ ਲੈਂਦੇ ਨੇ। ਜਿਹੜੀ ਫੀਸ ਅਸੀਂ ਲੈ ਰਹੇ ਹੈਗੇ ਹਾਂ ਉਹ 2-2.5 ਲੱਖ ਰੁਪਏ ਤੋਂ ਹੈਗੀ ਹੈ ਸਿੰਗਾਪੁਰ ਦੀ ਫੀਸ, ਜਿਹਦੇ ਵਿੱਚ 10ਵੀਂ ਪਾਸ 12ਵੀਂ ਪਾਸ ਬੱਚਾ ਜਾ ਸਕਦਾ। ਹੋਟਲ ਮੈਨੇਜਮੈਂਟ ਦਾ ਕੋਰਸ ਹੈ, ਹੋਟਲ ਟਰੈਵਲ ਟੂਰਿਜ਼ਮ ਦਾ ਕੋਰਸ ਹੈਗਾ, ਇਹਦੇ ਵਿੱਚ 100% ਅਸੀਂ ਵੀਜ਼ਾ ਦੇ ਰਹੇ ਹਾਂ, ਪਹਿਲੇ ਕੋਈ ਪੈਸਾ ਨਹੀਂ ਲੈ ਰਹੇ। ਔਰ ਇੱਕ ਹੋਰ ਮੈਂ ਗੱਲ ਦੱਸ ਦੇਣਾ ਹੈਗਾ, ਜਿਹੜੇ ਬੱਚੇ ਨੇ ਗੈਪ ਹੈਗਾ, ਇੰਗਲਿਸ਼ ਘੱਟ ਸੀਗੀ, ਸਿੰਗਾਪੁਰ ਜਾਣ ਦਾ ਜੇ ਸ਼ੋਰ ਵੀਜ਼ਾ ਚਾਹੁੰਦਾ, ਜੇ ਉਹਦੀ ਰਿਜੈਕਸ਼ਨ ਵੀ ਆ ਗਈ ਹੈ, ਤਾਂ ਸਾਨੂੰ ਸਿੰਗਾਪੁਰ ਵਾਸਤੇ ਇੱਕ ਵਾਰ ਜ਼ਰੂਰ ਮਿਲੇ। ਜਿਹੜਾ ਤੁਸੀਂ 2-2.5 ਲੱਖ ਰੁਪਇਆ ਵੀਜ਼ੇ ਤੋਂ ਬਾਅਦ ਕਾਲਜ ਨੂੰ ਉੱਥੇ ਦੇਣਾ ਹੈ, ਸਾਡੇ ਕੋਲ 4 ਸਾਲ ਦਾ ਐਜੂ ਟਰੱਸਟ ਕਾਲਜ ਹੈ ਸਿੰਗਾਪੁਰ ਦੇ ਵਿੱਚ, ਔਰ ਉਹ ਕਦੇ ਵੀ ਬੰਦ ਨਹੀਂ ਹੋ ਸਕਦਾ। ਉਸ ਕਾਲਜ ਦੀ OJT ਔਨ ਜੋਬ ਟ੍ਰੇਨਿੰਗ 1,000 ਤੋਂ 60,000 ਰੁਪਇਆ ਮਹੀਨਾ ਤੁਹਾਨੂੰ ਤਨਖਾਹ ਮਿਲਣੀ ਹੈ, ਜਦੋਂ ਤੁਸੀਂ 6 ਮਹੀਨੇ ਦੀ ਸਟੱਡੀ ਕੰਪਲੀਟ ਕਰ ਲਓਗੇ। ਔਰ ਇੱਕ ਹੋਰ ਦੱਸ ਦੇਣਾ ਹੈਗਾ, ਜਿਹੜੇ ਬੱਚੇ ਇਸ ਕਾਲਜ ਦੇ ਵਿੱਚ ਜਾਣਗੇ, 6 ਮਹੀਨੇ ਪੜ੍ਹਾਈ ਕਰਨਗੇ, ਔਰ ਜੇ ਉਹ ਅੱਗੇ ਆਸਟ੍ਰੇਲੀਆ ਜਾਂ UK ਵੀ ਜਾਣਾ ਚਾਹਣ, ਜਿਨ੍ਹਾਂ ਦਾ ਗੈਪ ਜ਼ਿਆਦਾ ਹੋ ਗਿਆ, ਉਹ ਵੀ ਜਾ ਸਕਦੇ ਨੇ। ਬਟ ਇੱਕੋ ਗੱਲ ਹੈ, ਉਹਦੇ ਵਿੱਚ 70-80% ਮਾਰਕਸ ਅਤੇ ਅਟੈਂਡੈਂਸ ਹੋਣੀ ਚਾਹੀਦੀ ਹੈ ਸਿੰਗਾਪੁਰ ਸਟੱਡੀ ਵੀਜ਼ਾ ਵਾਸਤੇ, ਔਰ ਉੱਥੋਂ UK ਜਾਂ ਆਸਟ੍ਰੇਲੀਆ ਵੀ ਮੂਵ ਹੋ ਸਕਦੇ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ 10ਵੀਂ ਪਾਸ ਬੱਚਿਆਂ ਵਾਸਤੇ ਅਸੀਂ ਅੱਜ ਵੱਖ ਵੱਖ ਕੰਟਰੀਜ਼ ਨੂੰ ਡਿਸਕਸ ਕੀਤਾ ਹੈ। ਤੁਸੀਂ ਆਪਣੇ ਸਵਾਲ ਜਾਂ ਕੋਈ ਵੀ ਹੋਰ ਕੁਇਰੀਜ਼ ਹੈਗੀਆਂ, ਤੁਸੀਂ ਉਸ ਲਈ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਉਹਨਾਂ ਦੇ ਆਫਿਸ ਦੇ ਐਡਰੈਸ ਅਤੇ ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੀ TV ਸਕਰੀਨ 'ਤੇ। ਫਿਲਹਾਲ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਨੀਰਜ ਜੀ, ਥੈਂਕ ਯੂ ਸੋ ਮੱਚ ਫੋਰ ਬੀਂਗ ਇਨ ਦਿਸ ਸ਼ੋਅ। ਥੈਂਕ ਯੂ ਸੋ ਮੱਚ ਜੀ। ਦਰਸ਼ਕੋ, ਇਸਦੇ ਨਾਲ ਮੈਨੂੰ ਯਾਨੀ ਕਿ ਛਵਿੰਦੋ ਇਜਾਜ਼ਤ। ਵਿਲ ਬੈਕ ਔਨ ਸੇਮ ਚੈਨਲ, ਸੇਮ ਸ਼ੋਅ, ਸੇਮ ਟਾਈਮ। ਟਿਲ ਦੈਨ ਯੂ ਟੇਕ ਕੇਅਰ, ਹੈਵ ਅ ਗ੍ਰੇਟ ਡੇ, ਬਾਏ ਬਾਏ।